ਹਾਂ ਜੀ ਮੈਂ ਖਾਂਦਾ ਜੀ ਆਪ। ਇੰਨੀ ਇੰਨੀ ਕਿਲੇ ਖਾਂਦੇ ਹੋ? ਨਹੀਂ ਆਪ ਹੀ ਖਾਂਦਾ ਜੀ ਮੈਂ ਤਾਂ ਬਸ। 1 ਕਿਲੋ 70 ਗ੍ਰਾਮ? ਹਾਂ ਜੀ ਹਾਂ ਬਸ ਲੰਬਾ ਟਾਈਮ ਕੋਈ ਆ ਜਾ ਜੀ ਦੇਣ ਵਾਸਤੇ ਉਰੀ ਹੋ ਜੀ ਬੰਦਾ ਕੋਈ। ਦੇਖੋ ਦੂਜੇ ਦਾ ਨਾਂ ਹੈਗਾ ਦਲਵਾਰਾ ਸਿੰਘ ਔਰਫ ਕਾਲਾ ਪੁੱਤਰ ਹਜੂਰਾ ਸਿੰਘ ਵਾਸੀ ਭਗਵਾਨਪੁਰਾ PS ਜੁਲਕਾਂ ਦਾ ਰਹਿਣ ਵਾਲਾ। ਇਹਦੇ ਖਿਲਾਫ਼ ਪਹਿਲਾਂ ਵੀ NDPS ਐਕਟ ਅਫੀਮ ਦਾ ਮੁਕੱਦਮਾ ਦਰਜ ਰਜਿਸਟਰਡ ਹੋਇਆ ਹੋਇਆ ਜੁਲਕਾਂ ਦੇ ਵਿੱਚ, ਠੀਕ ਆ। ਅਤੇ ਇਹ ਕੱਲ੍ਹ ਸਾਡੇ SI ਲਾਭ ਸਿੰਘ ਨੂੰ ਆਪਣੇ ਮਿਆਲ ਕਲਾਂ ਦੇ ਵਿੱਚ ਦਾਣਾ ਮੰਡੀ ਵਿੱਚ ਇੱਕ ਮੁਖਬਰੀ ਹੋਈ ਸੀ ਕਿ ਪਿੰਡ ਦਾਨੀਪੁਰ ਦੇ ਵਿੱਚ ਇੱਕ ਬੰਦਾ ਕਾਰ ਲੈ ਕੇ ਜੋ ਖੜਾ, ਠੀਕ ਆ, ਕਾਰ ਨੰਬਰ ਦੱਸਿਆ ਦੀ ਸਾਰਾ ਕੁਝ ਉਹਦੇ ਆਧਾਰ 'ਤੇ, ਠੀਕ ਆ, ਮੇਰੇ SI ਲਾਭ ਸਿੰਘ ਵੱਲੋਂ ਇਸਮੇ ਸਾਥੀ ਪੁਲਿਸ ਪਾਰਟੀ ਦੇ ਰੇਡ ਕੀਤਾ ਗਿਆ। ਮਿਆਲਾ ਮੰਡੀ 'ਤੇ ਖੜੀ ਦਾਨੀਪੁਰ T-65 'ਤੇ ਖੜੀ ਸੀਗੀ ਅਤੇ ਮਿਆਲਾ ਮੰਡੀ ਦੇ ਵਿੱਚ ਸਾਨੂੰ ਜਿਹੜੀ ਹੈਗੀ ਸੀਗੀ ਇਨਫੋਰਮੇਸ਼ਨ ਹੋਈ ਸੀਗੀ, ਠੀਕ ਆ, ਜਿਸ ਦੇ ਆਧਾਰ 'ਤੇ, ਠੀਕ ਆ, ਮੇਰੇ SI ਲਾਭ ਸਿੰਘ ਨੇ ਮੌਕਾ ਪਰ ਪਹੁੰਚ ਕੇ, ਠੀਕ ਆ, ਨਾ ਉੱਥੇ ਰੇਡ ਕੀਤਾ ਗਿਆ ਸੀਗਾ ਅਤੇ ਜਿਹਦੇ ਦੌਰਾਨ ਸਰਚ ਦੇ ਦੌਰਾਨ, ਠੀਕ ਆ, ਨਾ ਉਹਦੀ ਉਹਦੇ ਕੋਲੋਂ 1 kg 70 ਗ੍ਰਾਮ ਫੀਮ ਆ ਜਿਹੜੀ ਰਿਕਵਰ ਹੋਈ ਹੈ। 1 ਕਿਲੋ 70 ਗ੍ਰਾਮ ਅਤੇ ਤੁਸੀਂ ਗਏ, ਇਹ ਬੰਦਾ ਤੁਹਾਨੂੰ ਇਨਫੋਰਮੇਸ਼ਨ ਮਿਲੀ, ਕਿਸ ਤਰ੍ਹਾਂ ਇਹ ਕਾਬੂ ਕਰਿਆ? ਇਹ ਕਾਰ ਵਿੱਚ ਬੈਠਾ ਸੀ, ਗਾਹਕਾਂ ਦੀ ਵੇਟ ਕਰ ਰਿਹਾ ਸੀ। ਅਸੀਂ ਜਾ ਕੇ ਮੈਂ ਇਹਦਾ ਨਾਮ ਪਤਾ ਪੁੱਛਿਆ, ਇਹਨੇ ਦਲਵਾਰਾ ਸਿੰਘ ਉਰਫ ਕਾਲਾ ਸਨ ਆਫ ਹਜੂਰਾ ਸਿੰਘ ਵਾਸੀ ਭਗਵਾਨਪੁਰਾ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ ਦੱਸਿਆ। ਮੈਂ ਇਹਨੂੰ ਫਿਰ ਆਪਣੇ ਬਾਰੇ ਜਾਣਕਾਰੀ ਦੇ ਕੇ ਇਹਨੂੰ ਦੱਸਿਆ ਵੀ ਤੇਰੇ ਕੋਲ ਨਸ਼ੀਲਾ ਪਦਾਰਥ ਹੈ। ਇਹਨੇ ਫਿਰ ਹਾਂਜੀ ਮੈਂ ਖਾਂਦਾ ਜੀ ਆਪ। ਇੰਨੀ ਇੰਨੀ ਕਿਲੇ ਖਾਂਦੇ ਹੋ? ਨਹੀਂ ਆਪ ਹੀ ਖਾਂਦਾ ਜੀ ਮੈਂ ਤਾਂ ਬਸ। 1 ਕਿਲੋ 70 ਗ੍ਰਾਮ? ਹਾਂ ਜੀ ਹਾਂ ਬਸ ਲੰਬਾ ਟਾਈਮ ਕੋਈ ਆ ਜਾ ਜੀ ਦੇਣ ਵਾਸਤੇ ਉਰੀ ਹੋ ਜੀ ਬੰਦਾ ਕੋਈ। ਦੇਖੋ ਦੂਜੇ ਦਾ ਨਾਂ ਹੈਗਾ ਦਲਵਾਰਾ ਸਿੰਘ ਔਰਫ ਕਾਲਾ ਪੁੱਤਰ ਹਜੂਰਾ ਸਿੰਘ ਵਾਸੀ ਭਗਵਾਨਪੁਰਾ PS ਜੁਲਕਾਂ ਦਾ ਰਹਿਣ ਵਾਲਾ। ਇਹਦੇ ਖਿਲਾਫ਼ ਪਹਿਲਾਂ ਵੀ NDPS ਐਕਟ ਅਫੀਮ ਦਾ ਮੁਕੱਦਮਾ ਦਰਜ ਰਜਿਸਟਰਡ ਹੋਇਆ ਹੋਇਆ ਜੁਲਕਾਂ ਦੇ ਵਿੱਚ, ਠੀਕ ਆ। ਅਤੇ ਇਹ ਕੱਲ੍ਹ ਸਾਡੇ SI ਲਾਭ ਸਿੰਘ ਨੂੰ ਆਪਣੇ ਮਿਆਲ ਕਲਾਂ ਦੇ ਵਿੱਚ ਦਾਣਾ ਮੰਡੀ ਵਿੱਚ ਇੱਕ ਮੁਖਬਰੀ ਹੋਈ ਸੀ ਕਿ ਪਿੰਡ ਦਾਨੀਪੁਰ ਦੇ ਵਿੱਚ ਇੱਕ ਬੰਦਾ ਕਾਰ ਲੈ ਕੇ ਜੋ ਖੜਾ, ਠੀਕ ਆ, ਕਾਰ ਨੰਬਰ ਦੱਸਿਆ ਦੀ ਸਾਰਾ ਕੁਝ ਉਹਦੇ ਆਧਾਰ 'ਤੇ, ਠੀਕ ਆ, ਮੇਰੇ SI ਲਾਭ ਸਿੰਘ ਵੱਲੋਂ ਇਸਮੇ ਸਾਥੀ ਪੁਲਿਸ ਪਾਰਟੀ ਦੇ ਰੇਡ ਕੀਤਾ ਗਿਆ। ਮਿਆਲਾ ਮੰਡੀ 'ਤੇ ਖੜੀ ਦਾਨੀਪੁਰ T-65 'ਤੇ ਖੜੀ ਸੀਗੀ ਅਤੇ ਮਿਆਲਾ ਮੰਡੀ ਦੇ ਵਿੱਚ ਸਾਨੂੰ ਜਿਹੜੀ ਹੈਗੀ ਸੀਗੀ ਇਨਫੋਰਮੇਸ਼ਨ ਹੋਈ ਸੀਗੀ, ਠੀਕ ਆ, ਜਿਸ ਦੇ ਆਧਾਰ 'ਤੇ, ਠੀਕ ਆ, ਮੇਰੇ SI ਲਾਭ ਸਿੰਘ ਨੇ ਮੌਕਾ ਪਰ ਪਹੁੰਚ ਕੇ, ਠੀਕ ਆ, ਨਾ ਉੱਥੇ ਰੇਡ ਕੀਤਾ ਗਿਆ ਸੀਗਾ ਅਤੇ ਜਿਹਦੇ ਦੌਰਾਨ ਸਰਚ ਦੇ ਦੌਰਾਨ, ਠੀਕ ਆ, ਨਾ ਉਹਦੇ ਕੋਲੋਂ 1 kg 70 ਗ੍ਰਾਮ ਫੀਮ ਆ ਜਿਹੜੀ ਰਿਕਵਰ ਹੋਈ ਹੈ। 1 ਕਿਲੋ 70 ਗ੍ਰਾਮ ਅਤੇ ਤੁਸੀਂ ਗਏ, ਇਹ ਬੰਦਾ ਤੁਹਾਨੂੰ ਇਨਫੋਰਮੇਸ਼ਨ ਮਿਲੀ, ਕਿਸ ਤਰ੍ਹਾਂ ਇਹ ਕਾਬੂ ਕਰਿਆ? ਇਹ ਕਾਰ ਵਿੱਚ ਬੈਠਾ ਸੀ, ਗਾਹਕਾਂ ਦੀ ਵੇਟ ਕਰ ਰਿਹਾ ਸੀ। ਅਸੀਂ ਜਾ ਕੇ ਮੈਂ ਇਹਦਾ ਨਾਮ ਪਤਾ ਪੁੱਛਿਆ, ਇਹਨੇ ਦਲਵਾਰਾ ਸਿੰਘ ਉਰਫ ਕਾਲਾ ਸਨ ਆਫ ਹਜੂਰਾ ਸਿੰਘ ਵਾਸੀ ਭਗਵਾਨਪੁਰਾ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ ਦੱਸਿਆ। ਮੈਂ ਇਹਨੂੰ ਫਿਰ ਆਪਣੇ ਬਾਰੇ ਜਾਣਕਾਰੀ ਦੇ ਕੇ ਇਹਨੂੰ ਦੱਸਿਆ ਵੀ ਤੇਰੇ ਕੋਲ ਨਸ਼ੀਲਾ ਪਦਾਰਥ ਹੈ। ਇਹਨੇ ਫਿਰ ਹਾਂਜੀ ਮੈਂ ਖਾਂਦਾ ਜੀ ਆਪ। ਇੰਨੀ ਇੰਨੀ ਕਿਲੇ ਖਾਂਦੇ ਹੋ? ਨਹੀਂ ਆਪ ਹੀ ਖਾਂਦਾ ਜੀ ਮੈਂ ਤਾਂ ਬਸ। 1 ਕਿਲੋ 70 ਗ੍ਰਾਮ? ਹਾਂ ਜੀ ਹਾਂ ਬਸ ਲੰਬਾ ਟਾਈਮ ਕੋਈ ਆ ਜਾ ਜੀ ਦੇਣ ਵਾਸਤੇ ਉਰੀ ਹੋ ਜੀ ਬੰਦਾ ਕੋਈ। ਦੇਖੋ ਦੂਜੇ ਦਾ ਨਾਂ ਹੈਗਾ ਦਲਵਾਰਾ ਸਿੰਘ ਔਰਫ ਕਾਲਾ ਪੁੱਤਰ ਹਜੂਰਾ ਸਿੰਘ ਵਾਸੀ ਭਗਵਾਨਪੁਰਾ PS ਜੁਲਕਾਂ ਦਾ ਰਹਿਣ ਵਾਲਾ। ਇਹਦੇ ਖਿਲਾਫ਼ ਪਹਿਲਾਂ ਵੀ NDPS ਐਕਟ ਅਫੀਮ ਦਾ ਮੁਕੱਦਮਾ ਦਰਜ ਰਜਿਸਟਰਡ ਹੋਇਆ ਹੋਇਆ ਜੁਲਕਾਂ ਦੇ ਵਿੱਚ, ਠੀਕ ਆ। ਅਤੇ ਇਹ ਕੱਲ੍ਹ ਸਾਡੇ SI ਲਾਭ ਸਿੰਘ ਨੂੰ ਆਪਣੇ ਮਿਆਲ ਕਲਾਂ ਦੇ ਵਿੱਚ ਦਾਣਾ ਮੰਡੀ ਵਿੱਚ ਇੱਕ ਮੁਖਬਰੀ ਹੋਈ ਸੀ ਕਿ ਪਿੰਡ ਦਾਨੀਪੁਰ ਦੇ ਵਿੱਚ ਇੱਕ ਬੰਦਾ ਕਾਰ ਲੈ ਕੇ ਜੋ ਖੜਾ, ਠੀਕ ਆ, ਕਾਰ ਨੰਬਰ ਦੱਸਿਆ ਦੀ ਸਾਰਾ ਕੁਝ ਉਹਦੇ ਆਧਾਰ 'ਤੇ, ਠੀਕ ਆ, ਮੇਰੇ SI ਲਾਭ ਸਿੰਘ ਵੱਲੋਂ ਇਸਮੇ ਸਾਥੀ ਪੁਲਿਸ ਪਾਰਟੀ ਦੇ ਰੇਡ ਕੀਤਾ ਗਿਆ। ਮਿਆਲਾ ਮੰਡੀ 'ਤੇ ਖੜੀ ਦਾਨੀਪੁਰ T-65 'ਤੇ ਖੜੀ ਸੀਗੀ ਅਤੇ ਮਿਆਲਾ ਮੰਡੀ ਦੇ ਵਿੱਚ ਸਾਨੂੰ ਜਿਹੜੀ ਹੈਗੀ ਸੀਗੀ ਇਨਫੋਰਮੇਸ਼ਨ ਹੋਈ ਸੀਗੀ, ਠੀਕ ਆ, ਜਿਸ ਦੇ ਆਧਾਰ 'ਤੇ, ਠੀਕ ਆ, ਮੇਰੇ SI ਲਾਭ ਸਿੰਘ ਨੇ ਮੌਕਾ ਪਰ ਪਹੁੰਚ ਕੇ, ਠੀਕ ਆ, ਨਾ ਉੱਥੇ ਰੇਡ ਕੀਤਾ ਗਿਆ ਸੀਗਾ ਅਤੇ ਜਿਹਦੇ ਦੌਰਾਨ ਸਰਚ ਦੇ ਦੌਰਾਨ, ਠੀਕ ਆ, ਨਾ ਉਹਦੇ ਕੋਲੋਂ
ਇੱਕ ਕੇ ਜੀ 70 ਗ੍ਰਾਮ ਹੀਮ ਆ ਜਿਹੜੀ ਰਿਕਵਰ ਹੋਈ ਹੈ, 1 ਕਿਲੋ 70 ਗ੍ਰਾਮ ਚ। ਤੇ ਤੁਸੀਂ ਗਏ, ਇਹ ਬੰਦਾ ਤੁਹਾਨੂੰ ਇਨਫੋਰਮੇਸ਼ਨ ਮਿਲੀ, ਕਿਸ ਤਰ੍ਹਾਂ ਇਹ ਕਾਬੂ ਕਰਿਆ ਤੁਸੀਂ? ਇਹ ਕਾਰ ਵਿੱਚ ਬੈਠਾ ਸੀ, ਗਾਹਕਾਂ ਦੀ ਵੇਟ ਕਰ ਰਿਹਾ ਸੀ। ਅਸੀਂ ਜਾ ਕੇ ਮੈਂ ਇਹਦਾ ਨਾਂ ਪਤਾ ਪੁੱਛਿਆ, ਇਹਨੇ ਦਲਵਾਰਾ ਸਿੰਘ ਉਰਫ ਕਾਲਾ ਸਨ ਆਫ ਹਜੂਰਾ ਸਿੰਘ ਵਾਸੀ ਭਗਵਾਨਪੁਰਾ ਥਾਣਾ ਜੁਲਕਾ ਜ਼ਿਲ੍ਹਾ ਪਟਿਆਲਾ ਦੱਸਿਆ। ਮੈਂ ਇਹਨੂੰ ਫਿਰ ਆਪਣੇ ਬਾਰੇ ਜਾਣਕਾਰੀ ਦੇ ਕੇ ਇਹਨੂੰ ਦੱਸਿਆ ਵੀ ਤੇਰੇ ਕੋਲ ਕੋਈ ਨਸ਼ੀਲਾ ਪਦਾਰਥ ਹੈ। ਇਹਨੇ ਫਿਰ